ਰਾਤ ਦੇ ਹਨੇਰੇ ਵਿੱਚ ਟਿਊਬਾਂ ਅਤੇ ਬਲਬਾਂ ਦੀ ਰੋਸ਼ਨੀ ਵਿਚਕਾਰ ਗੁੰਡਾਗਰਦੀ ਦੀਆਂ ਜਿਹੜੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ, ਇਹ ਅੰਮ੍ਰਿਤਸਰ ਦੇ ਆਦਰਸ਼ ਨਗਰ ਦੀਆਂ ਨੇ, ਜਿੱਥੇ ਆਪਣੇ ਘਰ ਪਰਤਰੀਆਂ ਦੋ ਔਰਤਾਂ ਨਾਲ ਕੀਤੀ ਗਈ ਛੇੜਛਾੜ ਤੋਂ ਬਾਅਦ ਉਹਨਾਂ ਵੱਲੋਂ ਕੀਤਾ ਗਿਆ ਵਿਰੋਧ ਇਸ ਹਮਲੇ ਦੇ ਰੂਪ ਵਿੱਚ ਉਹਨਾਂ 'ਤੇ ਭਾਰੀ ਪੈ ਰਿਹਾ ਹੈ। ਤਸਵੀਰਾਂ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਗੁੰਡਾ ਅੰਸਰ ਕਿਸ ਤਰ੍ਹਾਂ ਇਸ ਮੁਹੱਲੇ 'ਚ ਖੜ੍ਹੇ ਬੰਦੇ ਅਤੇ ਕੈਮਰੇ 'ਤੇ ਪਥਰਾਅ ਕਰ ਰਹੇ ਨੇ। ਆਖਿਰ ਕੀ ਹੈ ਪੂਰਾ ਮਾਮਲਾ ਅਤੇ ਨੌਬਤ ਇੱਥੇ ਤੱਕ ਕਿਉਂ ਆਉਣ ਪਹੁੰਚੀ ਹੈ? ਆਓ ਸੁਣਦੇ ਹਾਂ ਪੀੜਤਾਂ ਦੀ ਜ਼ਬਾਨੀ ਅਤੇ ਫਿਰ ਦੱਸਾਂਗੇ ਕਿ ਪੁਲਿਸ ਦਾ ਕੀ ਕਹਿਣਾ ਇਸ ਮਸਲੇ 'ਤੇ। ਮੈਂ ਆਪਣੇ ਭਰਾ ਦੀ ਕੁੜੀ ਨੂੰ ਛੁੱਟੀ ਦਵਾ ਕੇ ਲਿਆਉਂਦੀ ਪਈ ਸੀ ਹੋਸਪਿਟਲੋਂ, ਅਤੇ ਕੁਛ ਮੁੰਡੇ ਸੀ ਉੱਥੋਂ ਮੇਰੀ ਚੁੰਨੀ ਉਹਨਾਂ ਨੇ ਛੋੜ ਖਿੱਚ ਦਿੱਤਾ, ਇੱਕ ਮੇਰੇ ਨਾਲ ਜ਼ਬਰਦਸਤੀ ਕਰਨ ਲੱਗੇ ਅਤੇ ਅਸੀਂ ਭੱਜੇ ਆ ਗਏ। ਅਸ਼ੂ ਨਾਰ ਹੋਣੀ ਇਹ ਹੈਗੇ ਸੀਗੇ 70-80 ਹੋਣੇ ਸੀ। ਨਾਮ ਮੈਨੂੰ ਅਸ਼ੂ ਲੈਟ ਵਿਸ਼ੂ ਹੋਰ ਨੰਨੂ। ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਇੰਨਾ ਸਭ ਹੋ ਜਾਣ ਦੇ ਬਾਵਜੂਦ ਜਦੋਂ ਉਹਨਾਂ ਨੇ ਪੁਲਿਸ ਵਾਲਿਆਂ ਕੋਲ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ, ਜਾਂਚ ਅਧਿਕਾਰੀਆਂ ਨੂੰ ਘਟਨਾ ਦਾ ਮੌਕਾ ਦਿਖਾ ਕੇ ਉਹਨਾਂ ਨੂੰ CCTV ਫੁਟੇਜ ਵੀ ਦੇ ਦਿੱਤੀ, ਪਰ ਇਸ ਦੇ ਬਾਵਜੂਦ ਉਹ ਅਜੇ ਤੱਕ ਕੋਈ ਕਾਰਵਾਈ ਨਹੀਂ ਕਰ ਰਹੇ। ਸਰ, ਮੇਰੀ ਕੁੜੀ ਬਿਮਾਰ ਸੀ, 3 ਮਹੀਨਿਆਂ ਦੀ ਮੇਰੀ ਕੁੜੀ ਹੈ, ਬਿਮਾਰ ਸੀ। ਹੋਸਪਿਟਲ ਉਹਨੂੰ ਛੁੱਟੀ ਦਵਾ ਕੇ ਮੇਰੀ ਭੈਣ ਅਤੇ ਮੇਰੀ ਵਾਈਫ ਲਿਆ ਰਹੇ ਸੀ। ਰਾਤੀ ਤਕਰੀਬਨ 10-11 ਵਜੇ ਦੇ ਵਿੱਚ ਦਾ ਟਾਈਮ ਸੀ, ਤੋ ਛੁੱਟੀ ਦਵਾ ਕੇ ਆਏ ਅਤੇ ਉਹ ਮੋੜ 'ਤੇ ਹਨੇਰਾ ਬੜਾ ਸੀ, ਅਤੇ ਉੱਥੇ ਜਾ ਕੇ ਉਹਨਾਂ ਨਾਲ ਛੇੜਖਾਨੀ ਕੀਤੀ। ਅਸ਼ੂ ਨਾਹਰ ਦਾ ਭਰਾ ਸੀ ਅਤੇ ਨਾਲ ਉਹਦਾ ਛੋਟਾ ਭਰਾ ਸੀ ਅਸ਼ੂ ਨਾਹਰ, ਦੋਨੋਂ ਹੀ ਜਣੇ, ਅਤੇ ਨਾਲ ਇਹਨਾਂ ਨਾਲ 1-2 ਜਣੇ ਹੋਰ ਸੀ। ਇਹਨਾਂ ਨੇ ਛੇੜਖਾਨੀ ਕੀਤੀ। ਇੰਨੀ ਦੇਰ 'ਚ ਮੇਰੀ ਵਾਈਫ ਅਤੇ ਮੇਰੀ ਭੈਣ ਜਦੋਂ ਘਰ ਆ ਗਏ, ਉਹਨਾਂ ਨੇ ਸਾਨੂੰ ਦੱਸਿਆ, ਅਸੀਂ ਵੇਖਣ ਲੱਗੇ ਕੌਣ ਹੈਗੇ ਆ, ਅਤੇ ਇੰਨੀ ਦੇਰ 'ਚ ਹੀ ਉਹ ਵਾਹਵਾ 10 ਜਣੇ ਹੋ ਗਏ ਅਤੇ ਉਹਨਾਂ ਨੇ ਬੋਤਲਾਂ ਚਲਾਉਣੀਆਂ ਸ਼ੁਰੂ ਕਰਤੀਆਂ ਸਾਡੇ ਘਰ 'ਤੇ, ਅਤੇ ਉਸ ਤੋਂ ਬਾਅਦ ਉਹ ਚਲੇ ਗਏ ਅਤੇ ਅਸੀਂ ਥਾਣੇ ਗਏ ਰਿਪੋਰਟ ਲਿਖਾਉਣ। ਥਾਣੇ ਵਾਲੇ ਆਏ ਆ, ਉਹਨਾਂ ਨੇ ਮੌਕਾ ਵੀ ਵੇਖਿਆ, ਸਾਰੀ ਵੀਡੀਓ ਬਣਾ ਕੇ ਲੱਗੇ ਨੇ, ਪਰ ਕੋਈ ਕਾਰਵਾਈ ਨਹੀਂ ਕਰਦੇ ਪਏ। ਉਸ ਤੋਂ ਬਾਅਦ ਅਸੀਂ ਫਿਰ ਕੱਲ੍ਹ ਸ਼ਾਮੀ 5 ਵਜੇ ਦਾ ਟਾਈਮ ਦਿੱਤਾ ਸੀ ਪੁਲਿਸ ਨੇ ਕਿ ਆਉਣਾ, ਆਪਾਂ ਕਰਾਂ ਕਾਰਵਾਈ। ਸਰ, ਆਪਾਂ ਮੈਂ ਅਤੇ ਮੇਰੀ ਮਦਰ ਗਏ ਆਪਾਂ ਥਾਣੇ, ਤਾਂ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਕਿਹਾ ਕਿ ਕਾਰਵਾਈ ਕਰੋ। ਸਰ, ਉਹਨਾਂ ਨੇ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ। ਉਹ ਦਿਨ ਦਿਹਾੜੇ 7-7:30 ਦਾ ਟਾਈਮ ਸੀ, ਉਹ ਦਿਨ ਦਿਹਾੜੇ 70-80 ਜਣੇ ਫਿਰ ਦੁਬਾਰਾ ਇਕੱਠੇ ਹੋ ਗਏ ਸਾਡੇ ਘਰ ਪਏ। ਉਹਨਾਂ ਦੇ ਵਿੱਚੋਂ ਕਈਆਂ ਨੇ ਕਿਰਪਾਨਾਂ ਫੜੀਆਂ, ਬੋਤਲਾਂ 'ਤੇ ਬੋਤਲਾਂ ਚਲਾਈ ਆ ਰਹੇ ਹੈ। ਸਾਡੇ ਘਰ ਕੈਮਰੇ ਲੱਗੇ, ਆਪਾਂ ਪੁਲਿਸ ਨੂੰ CCTV ਵੀ ਦਿੱਤੀ, ਕੱਲ੍ਹ ਦੀ ਵੀ ਦਿੱਤੀ ਹੈ, ਸਾਰੀਆਂ CCTVਆਂ ਉਹਨਾਂ ਨੂੰ ਦਿੱਤੀਆਂ, ਪਰ ਕੋਈ ਕਾਰਵਾਈ ਨਹੀਂ ਕਰਦੀ। ਵੀ ਅਸ਼ੂ ਨਾਹਰ ਕੋਈ ਇੱਕ ਲਸੰਸੀ ਪਿਸਤੌਲ ਵੀ ਹੈ ਅਤੇ ਉਹ ਧਮਕੀ ਦੇ ਰਿਹਾ ਕਿ ਤੁਹਾਨੂੰ ਗੋਲੀ ਮਾਰ ਦੇਣੀ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਪੀੜਤਾਂ ਦੇ ਬਿਆਨਾਂ ਦੇ ਆਧਾਰ 'ਤੇ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ CCTV ਫੁਟੇਜ ਰਾਹੀਂ ਪਛਾਣ ਕਰਕੇ ਦੋਸ਼ੀਆਂ ਨੂੰ ਜਲਦ ਫੜ ਲਿਆ ਜਾਵੇਗਾ। ਇਹ ਜਿਹੜੀ ਇਹ ਮਾਂ ਸਾਡੀ ਲਈ ਹੈ ਜੀ, ਉਹਨਾਂ ਦੇ ਬਿਆਨਾਂ 'ਤੇ ਪਰਚਾ ਦਰਜ ਹੋਇਆ, ਦੀਪੂ ਕਾਲੀ ਅਤੇ ਕੁਛ, ਅਤੇ ਪਰਚਾ ਰਜਿਸਟਰ ਕੀਤਾ ਗਿਆ ਵਾ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ, ਅਤੇ ਜਿਹੋ ਜਿਹੇ ਹਾਲਾਤ ਨੂੰ ਕਾਰਵਾਈ ਕੀਤੀ ਜਾਵੇਗੀ। ਬਾਕੀ ਜੀ ਸਰ, ਇੱਕ CCTV ਫੁਟੇਜ ਵੀ ਆਈ ਹੈ ਸਾਹਮਣੇ ਉਹਨਾਂ ਦੇ ਹਮਲਾ ਹੋ ਰਿਹਾ ਘਰ 'ਤੇ, ਉਹ ਵੀ ਚੈੱਕ ਕਰ ਰਹੇ ਹਾਂ ਜੀ। ਪੰਜਾਬ ਵਿੱਚ ਗੁੰਡਾਗਰਦੀ ਦੀਆਂ ਲਗਾਤਾਰ ਵੱਧ ਰਹੀਆਂ ਕਾਰਵਾਈਆਂ ਨੇ ਜਿੱਥੇ ਆਮ ਜਨਤਾ ਨੂੰ ਚਿੰਤਾ 'ਚ ਪਾ ਰੱਖਿਆ, ਉੱਥੇ ਦੂਜੇ ਪਾਸੇ ਸਿਆਸਤਦਾਨ ਗੈਂਗਸਟਰ ਖੇਡਣ 'ਚ ਰੁੱਝੇ ਹੋਏ ਨੇ। ਵੇਖਣਾ ਇਹ ਹੋਏਗਾ ਕਿ ਕਦੋਂ ਤੱਕ ਇਹ ਵਰਤਾਰਾ ਜਾਰੀ ਰਹਿੰਦਾ ਹੈ, ਕਿਤੇ ਇੰਝ ਨਾ ਹੋਵੇ ਕਿ ਜਦੋਂ ਤੱਕ ਇਹ ਖੇਡ ਮੁੱਕੇ ਉਦੋਂ ਤੱਕ ਜਨਤਾ ਦੇ ਸਬਰ ਦਾ ਬੰਨ ਟੁੱਟ ਜਾਵੇ, ਕਿਉਂਕਿ ਉਸ ਤੋਂ ਬਾਅਦ ਤਾਂ ਫਿਰ ਇੱਕੋ ਹੀ ਖੇਡ ਚੱਲੂ, ਝੂਠੇ ਸਿਆਸਤਦਾਨਾਂ ਨੂੰ ਸਬਕ ਸਿਖਾਉਣ ਦਾ ਖੇਡ। ਅਤੇ ਯਾਦ ਰੱਖਿਓ, ਇਸ ਖੇਡ ਵਿੱਚ ਜਿੱਤ ਸਿਰਫ ਜਨਤਾ ਦੀ ਹੁੰਦੀ ਹੈ। ਹਕੀਕਤ TV ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।